ਹੁਣ ਤੁਹਾਡੀ ਸੇਵਾ ਵਿੱਚ ਮਾਲਵੇ ਦੀ ਧਰਤੀ ਦਾ ਖੂਬਸੂਰਤ ਪਿੰਡ ਚੰਦ ਪੁਰਾਣਾ ਨਵਾਂ ਇਸ ਨਾਂ ਤੇ ਵੀ ਨਵਾਂ ਚੰਦ ਨਵਾਂ ਚੰਦ ਪੁਰਾਣਾ ਸੋ ਇੱਕੋ ਗੱਲ ਨੇੜੇ ਨੇੜੇ ਸੋ ਸਾਰੇ ਮੇਰੇ ਜਿੰਨੇ ਵਸਨੀਕ ਨੇ ਇੱਥੋਂ ਦੇ ਇਲਾਕਾ ਨਿਵਾਸੀ ਨੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਅੱਜ ਦਾ ਮੇਲਾ ਕੋਈ ਆਪਾਂ ਕਲਾਕਾਰ ਨਹੀਂ ਬਣ ਕੇ ਆਏ ਨਿੱਕਾ ਦਰਦੀ ਸਾਹਿਬ ਮੇਰੇ ਵੱਡੇ ਸੀਨੀਅਰ ਆਰਟਿਸਟ ਨੇ ਵੱਡੇ ਭਰਾਵਾਂ ਵਾਂਗੂ ਨੇ ਸ਼ਕੁੰਤਲਾ ਜੀ ਇਸ ਪਰਿਵਾਰ ਨਾਲ ਮੇਰਾ ਬਹੁਤ ਮੁਹੱਬਤ ਜ਼ਿਆਦਾ ਹੈ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਇਸ ਕਰਕੇ ਪਿਛਲੇ ਸਾਲ ਮੈਥੋਂ ਆਇਆ ਨਹੀਂ ਗਿਆ ਸੋ ਇਹਨਾਂ ਨੇ ਹੁਕਮ ਕੀਤੇ ਤੁਹਾਡੇ ਦਰਸ਼ਨ ਕਰਾਏ ਨੇ ਦਰਦੀ ਸਾਹਿਬ ਦਿਲ ਦੇ ਸਾਫ਼ ਫੱਕਰ ਬੰਦੇ ਨੇ ਇਸ ਕਰਕੇ ਆਪਾਂ ਨੂੰ ਜਦੋਂ ਹੁਕਮ ਕਰਦੇ ਆ ਜਾਈਦਾ ਇੱਕ ਤਾੜੀ ਇਸ ਪਰਿਵਾਰ ਦੇ ਨਾਂ ਤੇ ਲਾ ਦਿਓ ਸੋ ਜਿੱਥੇ ਪਿਆਰ ਹੋਵੇ ਉੱਥੇ ਵੱਧ ਘੱਟ ਨਹੀਂ ਦੇਖਿਆ ਜਾਂਦਾ ਸੋ ਦਰਦੀ ਸਾਹਿਬ ਇੱਕ ਵਾਰੀ ਖੜੇ ਹੋ ਕੇ ਆਜੋ ਮਾੜਾ ਜਿਹਾ ਕੋਲੇ ਬੜਾ ਦਿਲ ਦਾ ਨਿੱਘਾ ਬੰਦਾ ਭਰਾ ਸੋ ਖਿੱਚ ਕੇ ਤਾੜੀ ਲਾਓ ਯਾਰ ਬਾਜ ਦੇ ਬੜੀ ਮਿਹਰਬਾਨੀ ਸੋ ਹੋਰ ਜਿੰਨੇ ਸੱਜਣਾਂ ਨੇ ਇੱਥੇ ਪਹੁੰਚ ਕੇ ਹਾਜ਼ਰੀ ਲਵਾਈ ਹੈ ਖਾਸ ਤੌਰ ਤੇ ਹੌਲਦਾਰ ਬਲਦੀਰ ਸਿੰਘ ਔਰ ਬਾਈ ਬਲਵਿੰਦਰ ਸਿੰਘ ਹੌਲਦਾਰ ਮੈਨੂੰ ਉਹ ਚਲੇ ਗਏ ਵੈਸੇ ਮਾਣ ਤਾਣ ਕਰਕੇ ਮੈਨੂੰ ਕਹਿੰਦੇ ਯਾਰ ਅਸੀਂ ਜਾਣਾ ਜ਼ਰੂਰੀ ਕੋਈ ਕੰਮ ਪੈ ਗਿਆ ਸਾਰੇ ਸੱਜਣਾਂ ਨੂੰ ਜੀ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਇੱਕ ਤੋਂ ਹਾਜ਼ਰੀ ਲਵਾਉਂਗੇ ਤੁਹਾਡੀ ਨਜ਼ਰ ਕਰਦੇ ਹਾਂ ਬਰਾੜ ਸਾਹਿਬ ਦਾ ਸ਼ੇਰ ਤੁਹਾਡੀ ਨਜ਼ਰ ਕਰਦੇ ਫਲਾਂ ਦਾ ਗੌਰ ਸੋ ਜੇ ਵਾਲਾਂ ਵਿੱਚ ਮਸ਼ੂਕ ਦੇ ਟੁੰਗੀ ਆਈ ਨਹੀਂ ਲੱਖ ਨੇਮਤਾਵਾਂ ਦੇ ਦੁੱਧ ਅੰਦਰ ਤੇ ਉਹ ਕੀ ਜਾਣਦੇ ਜਿਨ੍ਹਾਂ ਨੇ ਚੁੰਗੀ ਆਈ ਨਹੀਂ ਮੱਖਣ ਬਰਾੜਾ ਲਿਖਣ ਦਾ ਕੀ ਫਾਇਦਾ ਕੋਈ ਪਿੱਛੇ ਕੋਈ ਕੋਈ ਪਿੱਛੇ ਕੋਈ
ਖਾਣ ਨੀ ਵੀਰੇ ਜਾਂਦੇ ਰਹੋ ਕਿਹੜੇ ਰਾਹ ਦਾ ਸਪਾਈ ਜਾਣ ਖੜਾ ਡੀਪੀਓ ਅੱਗੇ ਬਾਬਾ ਦੀ ਕਹੇ ਡਰਾਈਵਰ ਨੂੰ ਸਰਜੀਤ ਸਿੰਘ ਜੀ ਆਰੇ ਵਾਲੇ ਬਹੁਤ ਸਨਮਾਨ।